ਜਿਵੇਂ ਟੋਪ ਟੋਪ ਤੋਂ ਕਰਦਾ ਦੱਸ Tata Steel ਲੁਧਿਆਣੇ ਆ ਰਹੀ ਹੈ ਜੀ ਉਲਾਈ ਸਟੀਲ ਐਂਡ ਸਟੀਲ ਇਹਨਾਂ ਦਾ ਸੈਕਟਰ ਨੇਮ ਹੈ ਇਹ 2600 ਕਰੋੜ ਰੁਪਏ ਇਨਵੈਸਟ ਕਰਨਗੇ ਜੀ ਜਿਹਦੇ ਨਾਲ 2500 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਜੀ ਦੈਨ ਕਲੇਰ ਵਾਲੇ ਨੇ ਜੀ ਬਾਇਓ ਫਾਰਮਾਕੈਮ ਹੈ ਜੀ ਇਹਨਾਂ ਦਾ ਕਲੇਰ ਬਾਇਓ ਫਾਰਮਾਕੈਮ ਅੰਮ੍ਰਿਤਸਰ ਚ ਆ ਰਹੇ ਨੇ ਸਰ ਇਹ ਰੀਅਲ ਸੈਟ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਚ ਹੈ ਇਹ 2351 ਜਿਹੜੇ ਕਰੋੜ ਰੁਪਈਆ ਖਰਚ ਕਰ ਰਹੇ ਨੇ 78000 ਬੀ ਨੌਕਰੀਆਂ ਦੇਣਗੇ ਜੀ ਇਹ ਲਿਖਿਆ ਹੋਇਆ ਹੈ ਜੀ ਸਨਾਤਨ ਪੋਲੀਟੈਕ ਹੈ ਜੀ ਸਨਾਤਨ ਪੋਲੀਕਾਟ ਇੱਕ ਟੈਕਸੈਲ ਕੰਪਨੀ ਹੈ ਫਤੇਗੜ ਸਾਹਿਬ ਜਿੱਥੇ ਫਤੇਗੜ ਸਾਹਿਬ ਤੇ ਸਰਹੰਦ ਦੇ ਵਿਚਾਲੇ ਜਿੱਥੇ ਇੱਕ ਫੂਡ ਪਲਾਜ਼ਾ ਬਣਿਆ ਹੋਇਆ ਮੈਕਡੋਨਲ ਵਰਗਾ ਉਹਦੇ ਬੈਕਸਾਈਡ ਤੇ ਉਹਨਾਂ ਨੇ ਜ਼ਮੀਨ ਲਈ ਹੈ 1600 ਕਰੋੜ ਰੁਪਈਆ ਇਨਵੈਸਟ ਕਰਨਗੇ 2900 ਬੰਦਿਆਂ ਨੂੰ ਨੌਕਰੀ ਮਿਲੂਗੀ ਜੀ ਇੱਥੇ ਹੋਰੀਜਨ ਇਨਫਰਾਸਟ੍ਰਕਚਰ ਇੱਥੇ ਫਰੇਡਨਬਰਗ ਆ ਗਿਆ ਜੀ ਜਿਹੜੇ ਕਾਰਾਂ ਦੇ ਸੈਂਸਰ ਬਣਾਉਂਦੇ ਆ ਲੇਟੈਸਟ ਕਾਰਾਂ ਦੇ ਮੋਰਿੰਡੇ ਕਲਾਸ ਦੇ ਨਾਲ ਹੈ ਮੈਂ ਕਹਾਂ ਤਾਂ ਮੈਂ ਹਾਊਸ ਦੇ ਟੇਬਲ ਤੇ ਮੈਂ ਜਮਾ ਕਰਾ ਸਕਦਾ ਜਿਹੜੇ ਪੁੱਛਦੇ ਨੇ ਉਹ ਐਨਕਾ ਲਾ ਕੇ ਜਾਂ ਐਨਕਾ ਦਾ ਨੰਬਰ-ਨੰਬਰ ਵਧਾ ਕੇ ਡਾਕਟਰ ਤੋਂ ਪੜ ਲੈਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਿਰਫ ਇੰਨਾ ਵਾਂਗੂ ਕੱਲੀਆਂ ਖਜੂਰਾ ਦੇ ਪੇੜ ਲਾ ਕੇ ਇਨਵੈਸਟਮੈਂਟ ਸਬਮਿਟ ਨਹੀਂ ਕਰਾਉਂਦੇ ਅਸੀਂ ਇੱਥੇ ਲੈ ਕੇ ਆਉਂਦੇ ਆਂ ਅਸਲੀ ਗੱਲ ਕਰਦੇ ਆਂ ਜੋ ਧਰਤੀ ਤੇ ਗੱਲ ਹੈ ਝੂਠ ਨਹੀਂ ਬੋਲਦੇ ਸੀ ਜਿਵੇਂ ਟੋਪ ਤੋਂ ਪੜਦਾ 10 Tata Steel ਲੁਧਿਆਣੇ ਆ ਰਹੀ ਹੈ ਜੀ Ulay Steel and Steel ਇਹਨਾਂ ਦਾ ਸੈਕਟਰ ਨੇਮ ਹੈ ਇਹ 2600 ਕਰੋੜ ਰੁਪਏ ਇਨਵੈਸਟ ਕਰਨਗੇ ਜੀ ਜਿਹਦੇ ਨਾਲ 2500 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਜੀ ਦੈਨ ਕਲੇਰ ਵਾਲੇ ਨੇ ਜੀ ਬਾਇਓ ਫਾਰਮਾਕੇਮ ਹੈ ਜੀ ਇਹਨਾਂ ਦਾ ਕਲੇਰ ਬਾਇਓ ਫਾਰਮਾਕੇਮ ਅੰਮ੍ਰਿਤਸਰ ਚਾਰੇ ਨੇ ਸਰ ਇਹ ਰੀਅਲ ਸਟੇਟ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਚ ਹੈ ਇਹ 2351 ਜਿਹੜੇ ਕਰੋੜ ਰੁਪਏ ਖਰਚ ਕਰ ਰਹੇ ਨੇ 78020 ਨੌਕਰੀਆਂ ਦੇਣਗੇ ਜੀ ਇਹ ਲਿਖਿਆ ਹੋਇਆ ਜੀ ਸਨਾਤਨ ਪੋਲੀਟੈਕ ਹੈ ਜੀ ਸਨਾਤਨ ਪੋਲੀਕਾਟ ਇੱਕ ਟੈਕਸੈਲ ਕੰਪਨੀ ਹੈ ਫਤਿਹਗੜ ਸਾਹਿਬ ਜਿੱਥੇ ਅ ਪਟੇਗਰ ਸਾਹਿਬ ਤੇ ਸਰਹੰਦ ਦੇ ਵਿਚਾਲੇ ਜਿੱਥੇ ਇੱਕ ਫੂਡ ਪਲਾਜ਼ਾ ਬਣਿਆ ਹੋਇਆ ਮੈਕਡੋਨਲਡ ਵਗੈਰਾ ਉਹਦੇ ਬੈਕਸਾਈਡ ਤੇ ਉਹਨਾਂ ਨੇ ਜ਼ਮੀਨ ਲਈ ਹੈ 1600 ਕਰੋੜ ਰੁਪਈਆ ਇਨਵੈਸਟ ਕਰਨਗੇ 2900 ਬੰਦਿਆਂ ਨੂੰ ਨੌਕਰੀ ਮਿਲੂਗੀ ਜੀ ਇੱਥੇ ਹੋਰੀਜ਼ਨ ਇਨਫਰਾਸਟ੍ਰਕਚਰ ਇੱਥੇ ਫਰੇਡਨਬਰਗ ਆ ਗਿਆ ਜੀ ਜਿਹੜੇ ਕਾਰਾਂ ਦੇ ਸੈਂਸਰ ਬਣਾਉਂਦੇ ਆ ਲੇਟੈਸਟ ਕਾਰਾਂ ਦੇ ਮੋਰਿੰਡੇ ਕਲਾਸ ਦੇ ਨਾਲ ਹੈ ਮੈਂ ਕਹਾਂ ਤਾਂ ਮੈਂ ਹਾਊਸ ਦੇ ਟੇਬਲ ਤੇ ਮੈਂ ਜਮਾ ਕਰਾ ਸਕਦਾ ਜਿਹੜੇ ਪੁੱਛਦੇ ਨੇ ਉਹ ਐਨਕਾਂ ਲਾ ਕੇ ਜਾਂ ਐਨਕਾਂ ਦਾ ਨੰਬਰ-ਨੰਬਰ ਵਧਾ ਕੇ ਡਾਕਟਰ ਤੋਂ ਪੜ ਲੈਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਿਰਫ ਇਨ੍ਹਾਂ ਵਾਂਗੂ ਕੱਲੀਆਂ ਖਜੂਰਾਂ ਦੇ ਪੀੜ ਲਾ ਕੇ ਇਨਵੈਸਟਮੈਂਟ ਸਬਮਿਟ ਨਹੀਂ ਕਰਾਉਂਦੇ ਅਸੀਂ ਇੱਥੇ ਲੈ ਕੇ ਆਉਂਦੇ ਆ ਅਸਲੀ ਗੱਲ ਕਰਦੇ ਆ ਜੋ ਧਰਤੀ ਤੇ ਗੱਲ ਹੈ ਝੂਠ ਨਹੀਂ ਬੋਲਦੇ ਅਸੀਂ